ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਸਾਰਿਆਂ ਨੂੰ। ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ। ਅਸੀਂ ਤੁਹਾਡੀਆਂ ਦੁਆਵਾਂ ਦੇ ਨਾਲ ਬਹੁਤ ਵਧੀਆ। ਅਸੀਂ ਆ ਗਏ ਸੀ ਜੀ ਕਿਰਨ ਦੇ ਪੇਕਿਆਂ ਤੋਂ ਵਾਪਸ ਗੇੜੀ ਮਾਰ ਕੇ, ਅਤੇ ਆਏ ਵੱਧ ਕਿਵੇਂ ਖੁਸ਼ ਹੋ ਰਹੀ ਮੈਂ ਦੇਖ ਕੇ। ਅਤੇ ਮੈਂ ਕਿਰਨ ਦਾ ਮੂੰਹ ਲਟਕਿਆ ਹੋਇਆ ਅਤੇ ਮੇਰਾ ਮੂੰਹ ਬਹੁਤ ਜ਼ਿਆਦਾ ਖੁਸ਼ੀ ਦੇ ਵਿੱਚ ਹੈ, ਕਿਉਂਕਿ ਮੈਂ ਗੱਡੀ ਨੂੰ PPF ਕਰਾਉਣ ਚੱਲਿਆ, ਜਿਹੜੀ ਆਪਾਂ ਬਲੈਕ ਕਲਰ ਦੀ ਸਕੋਰਪੀਓ ਐਨ ਲਿੱਤੀ ਹੈ। ਦੇਖੋ ਮੈਂ ਵਾਰ ਵਾਰੀ ਚੀਜ਼ ਤਾਂ ਬੋਲਦਾ, ਮੈਨੂੰ ਅੱਛਾ ਫੀਲ ਹੁੰਦਾ, ਘੈਂਟ ਮਜ਼ਾ ਜਿਹਾ ਆਉਂਦਾ, ਨਵਾਂ ਨਵਾਂ ਜਿਹਾ ਫੀਲ ਹੁੰਦਾ। ਅਤੇ ਉਹਨੂੰ PPF ਕਰਾਉਣ ਚੱਲਿਆ। PPF ਹੁੰਦੀ ਜੀ ਪੇਂਟ ਪ੍ਰੋਟੈਕਸ਼ਨ ਫਿਲਮ। ਗੱਡੀ ਦੇ ਸਕਰੈਚ ਨਹੀਂ ਪੈਂਦੇ, ਜੇ ਸਕਰੈਚ ਪੈਂਦੇ ਨੇ ਆਪਣੇ ਆਪ ਹੀ ਠੀਕ ਹੋ ਜਾਂਦੇ ਨੇ, ਜਾਦੂ। ਅਤੇ ਤੁਸੀਂ ਸ਼ਾਈਨ ਬਹੁਤ ਘੈਂਟ ਰਹਿੰਦੀ ਹੈ। ਉੱਥੇ ਜਦੋਂ ਗਏ ਸੀ ਤੁਹਾਨੂੰ ਪਤਾ ਉੱਥੇ ਗੱਡੀ ਗੰਦੀ ਬਹੁਤ ਜ਼ਿਆਦਾ ਹੋ ਜਾਂਦੀ ਜੀ। ਕੀ ਬਾਤ ਦੇਖਿਓ, ਮੈਨੂੰ ਦੇਖ ਦੇ ਘੱਸੀ ਜਾਂਦੀ, ਚਲੋ ਕੈਮਰਾ ਦੇ ਕੇ ਚੁੱਪ ਕਰ ਗਈਏ। ਉੱਥੇ ਬਾਰਿਸ਼ਾਂ ਕਰਕੇ ਗੱਡੀ ਬਹੁਤ ਗੰਦੀ ਹੋ ਗਈ ਸੀ, ਪਰ PPF ਨਾਲ ਫਾਇਦਾ ਇਹ ਹੋ ਜਾਂਦਾ ਕਿ ਗੱਡੀ ਗੰਦੀ ਨਹੀਂ ਹੁੰਦੀ, ਹੁੰਦੀ ਹੈ, ਝੱਟ ਸਾਫ਼ ਹੋ ਜਾਂਦੀ ਹੈ, ਸ਼ਾਈਨ ਪੂਰੀ ਰਹਿੰਦੀ, 7 ਸਾਲ ਦੀ ਗਰੰਟੀ ਹੁੰਦੀ ਹੈ। ਬਾਕੀ ਉੱਥੇ ਜਾ ਕੇ ਦੇਖਦੇ ਹਾਂ ਵੀ ਕਿਹੜੇ ਕਿਹੜੇ ਪਲੈਨ ਨੇ ਜਿਹਨਾਂ ਡਿਟੇਲਿੰਗ ਕਰਦੇ ਨੇ, ਜਿਹੜੀ ਗੱਡੀ ਦੀ PPF ਕਰਦੇ ਨੇ। ਉੱਥੇ ਚੱਲਦੇ ਹਾਂ ਅਤੇ ਹੁਣ ਮੈਂ ਲੈ ਕੇ ਚੱਲਿਆ ਜੀ ਆਪਣੀ ਗੱਡੀ। ਬਾਰਿਸ਼ ਬਹੁਤ ਪਈ ਹੋਈ ਹੈ, ਮੀਂਹ ਪਿਆ ਹੋਇਆ, ਕੋਈ ਹਿਊਮਸ ਬਹੁਤ ਹੋ ਰਹੀ ਹੈ, AC ਬੰਦ ਹੈ, ਖਲਾਰਾ ਅਸੀਂ ਬਹੁਤ ਜ਼ਿਆਦਾ ਪਾ ਰੱਖਿਆ ਬੈੱਡ ਦੇ ਉੱਪਰ। ਚਲੋ ਹੁਣ ਮੈਂ ਨਿਕਲਾਂ PPF ਕਰਾਉਣ ਲਈ। ਹਾਂਜੀ, ਕਿੱਦਾਂ ਫਿਰ? ਠੀਕ ਹੈ, ਜਾਓ ਤੁਸੀਂ, ਟਾਈਮ ਸਿਰ ਹੋਵੋ। ਜਾਵਾਂ, ਚਲੋ ਫਿਰ ਮੈਂ ਆਇਆ ਫਿਰ। ਬਾਏ 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 ਮੇਰੇ ਬਾਬੂ, ਬਾਏ ਬਾਏ। ਲਓ ਜੀ ਦੋਸਤੋ, ਆਪਾਂ ਪਹੁੰਚ ਗਏ ਜੀ ਚੰਡੀਗੜ੍ਹ ਦੇ ਇੰਡਸਟਰੀਅਲ ਏਰੀਆ ਦੇ ਵਿੱਚ। ਇੱਥੇ ਹੈਗਾ ਡਿਟੇਲਿੰਗ ਵਾਲਾ ਬੰਦਾ ਜਿਹੜਾ ਕਰਦਾ, ਮੈਨੂੰ ਐਡਰੈਸ ਭੇਜਿਆ ਬਾਈ ਨੇ, ਅਤੇ ਪਹਿਲਾਂ ਗੱਡੀ ਜਾ ਕੇ ਲਾਈਏ, ਫਿਰ ਬਾਈ ਨਾਲ ਕਰਦੇ ਹਾਂ ਗੱਲ ਵੀ ਕੀ ਕੁਛ ਚਾਹੀਦਾ ਮੈਨੂੰ ਗੱਡੀ ਦੇ ਵਿੱਚ, ਕੀ ਆਪਸ਼ਨਸ ਨੇ, ਕੀ ਆਫਰਾਂ ਦਿੰਦੇ ਨੇ ਉਹ। ਤੋ ਲੈਟ ਸੀ, ਗੱਡੀ ਚਮਕਾਈਏ ਪਹਿਲਾਂ, ਬਾਕੀ ਕੰਮ ਬਾਅਦ ਦੇ ਨੇ, ਪਹਿਲਾਂ ਗੱਡੀ ਵਾਲਾ ਉਹ ਕੰਮ ਹੈ ਬਾਈ। ਇਹ ਤਾਂ ਸ਼ੋਅ ਕਰਕੇ ਪਹੁੰਚ ਗਏ ਆਪਾਂ, ਹੈਂ ਮੈਪ ਤਾਂ ਸ਼ੋਅ ਕਰ ਰਿਹਾ, ਪਹੁੰਚ ਗਿਆ। ਚਲੋ ਦੇਖਦੇ ਹਾਂ ਇੱਕ ਵਾਰੀ ਫੋਨ ਕਰਕੇ। ਆਪਾਂ ਪਹੁੰਚ ਗਏ ਆ ਡਿਟੇਲਿੰਗ ਡੇਵਿਲ ਵਾਲਿਆਂ ਦੇ ਚੰਡੀਗੜ੍ਹ ਦੇ ਵਿੱਚ। ਕਰਾਂ ਬਾਈ ਨੂੰ ਫੋਨ, ਆ ਗਏ ਨੇ ਕਿੰਨੀ, ਆ ਗਏ, ਅਪੁਆਇੰਟਮੈਂਟ ਲਿੱਤੀ ਸੀ। ਲਓ ਜੀ ਆਪਾਂ ਗੱਡੀ ਲਾ ਦਿੱਤੀ ਇੱਥੇ ਆਪਣੀ, ਬਾਈਆਂ ਹੁਣ ਕੋਲ। ਹੁਣ ਗੱਡੀ ਦੀ ਹਾਲਤ ਦੇਖ ਲਓ ਤੁਸੀਂ ਇਸ ਟਾਈਮ ਕਿਵੇਂ ਦੀ ਹੈ, ਲਿਬੜੀ ਹੋਈ ਆ ਪੂਰੀ, ਅਤੇ ਇਹਨਾਂ ਨੇ ਸ਼ਾਈਨ ਕਰਕੇ ਦੇਣੀ ਹੈ ਡਿਟੇਲਿੰਗ ਡੇਵਿਲ ਵਾਲਿਆਂ ਨੇ। ਚੰਡੀਗੜ੍ਹ ਨੇ ਇਹਨਾਂ ਦਾ ਆਫਿਸ ਡਿਟੇਲਿੰਗ ਡੇਵਿਲਸ ਵਾਲਿਆਂ ਦਾ। ਆਹ ਭਾਈ ਜੀ ਨੇ ਦਾਨਿਸ਼ ਭਾਅ ਜੀ, ਹੋਰ ਭਾਅ ਜੀ ਕੀ ਹਾਲ ਚਾਲ, ਠੀਕ ਠਾਕ ਹੋ? ਚਲੋ ਵਧੀਆ ਵਧੀਆ, ਚਮਕਾ ਦੋਗੇ ਪੂਰੀ ਗੱਡੀ ਭਾਈ, ਗੱਡੀ ਐਨ ਲਿਸ਼ਲਿਸ਼ ਕਰੂਗੀ, ਅਤੇ ਨਾਲੇ ਸਭ ਤੋਂ ਵੱਡੀ ਗੱਲ ਆਪਣੇ ਪੇਂਟ ਤੋਂ ਬਚਾਅ ਰਹੂਗੀ। ਹਾਂ, ਜਿਵੇਂ ਕਿ ਮਾੜੀ ਮੋਟੀ ਚਰੀਟਾਂ ਸਕ੍ਰੈਚ ਹੁੰਦੇ ਨੇ, ਅਤੇ ਉਹ ਚੀਜ਼ਾਂ ਆਪਣੀ ਪੇਂਟ 'ਤੇ ਸੇਫਟੀ ਰਹੂਗੀ। ਮੈਨੂੰ ਇਹਦੇ ਚਰੀਟਾਂ ਤੋਂ ਇਲਾਵਾ, ਮਤਲਬ ਇਹ ਕਹਿੰਦੇ ਵੀ ਸੈਲਫ ਹੀਲ ਵੀ ਕਰ ਦਿੰਦੀ ਹੈ ਭਾਅ ਜੀ। PPU ਕੁਆਲਿਟੀ ਹੁੰਦੀ ਹੈ, ਇਹ PPU ਕੁਆਲਿਟੀ 'ਚ ਕੀ ਹੁੰਦਾ, ਜਿਹੜੇ ਆਪਣੇ ਕੱਪੜੇ ਵਾਲੇ ਗੋਲਸ ਵਲਸ ਹੁੰਦੇ ਨੇ, ਝਾੜੀ ਵਾਲੀ ਚਰੀਟਾਂ ਹੁੰਦੀਆਂ, ਉਹਨੂੰ ਸਾਨੂੰ ਕੀ ਕਰਨਾ ਪੈਂਦਾ, ਹੀਟ 'ਚ ਕਰਾਉਣੀ ਪੈਂਦੀ ਹੈ, ਜਾਂ ਗਰਮ ਪਾਣੀ ਗਿਰਨਾ ਪੈਂਦਾ, ਉਹਦੇ ਨਾਲ ਸੈਲਫ ਹੀਲ। ਬਿਲਕੁਲ ਓਕੇ। ਅਤੇ ਸ਼ਾਈਨ ਦੀ ਕਮੀ? ਸ਼ਾਈਨ ਭਾਅ ਜੀ ਬਿਲਕੁਲ ਸਿਰਾਮਿਕ ਵਾਂਗੂ, ਕੰਚ ਵਾਂਗੂ, ਜਿਵੇਂ ਗੱਡੀ ਚਮਕਦੀ ਹੁੰਦੀ ਹੈ, ਠੀਕ ਹੈ। ਆਪਣੀ ਸ਼ੀਟ ਜਿਹੜੀ TPU ਕੁਆਲਿਟੀ ਦੀ, ਪ੍ਰੀਮੀਅਮ ਕੁਆਲਿਟੀ 'ਚ ਆਉਂਦੀ ਹੈ, ਅਤੇ ਇਹਦਾ ਸਭ ਤੋਂ ਵੱਡਾ ਪਲੱਸ ਪੁਆਇੰਟ ਇਹੀ ਹੈ ਕਿ ਆਪਣੀ ਗੱਡੀ 'ਚ ਸ਼ਾਈਨ ਐਕਸਟਰਾਆਰਡੀਨਰੀ ਕ੍ਰੀਏਟ ਹੋ ਜਾਊਗੀ। ਓਕੇ, ਚਲੋ ਇਹ ਤਾਂ ਬਹੁਤ ਵਧੀਆ ਗੱਲ ਹੈ, ਇਹ ਸਾਰੀ ਹੋ ਜਾਣੀ ਹੈ ਨਾ, ਕੰਪਲੀਟ ਸ਼ੀਟ ਚੜੂਗੀ, ਠੀਕ ਹੈ। ਆਪਣੇ ਸ਼ੀਸ਼ਿਆਂ 'ਤੇ ਅਲੋਏ 'ਤੇ ਸਿਰਾਮਿਕ ਕੋਟ ਹੋਊਗਾ, ਸਿਰਾਮਿਕ ਕੋਟਿੰਗ ਹੋਏਗਾ, ਠੀਕ। ਇੱਕ ਨਾ ਭਾਅ ਜੀ ਆਹ ਉਤਾਰ ਦਿਓ, ਜਿਹੜਾ ਸਟਿੱਕਰ ਲੱਗਾ, ਹਾਂ ਰਾਜ, ਇਹ ਉਹਨਾਂ ਦੇ ਕੰਪਨੀ ਦਾ ਉਹ ਹੈ ਨਾ, ਅਤੇ ਅਗਰ ਫਰੰਟ ਸ਼ੀਸ਼ਾ ਵੀ ਤੁਸੀਂ ਦੇਖ ਲਿਓ ਉਸ ਦੇ ਅਕੋਰਡਿੰਗਲੀ, ਠੀਕ ਆ ਬਾਈ। ਮੈਂ ਅੰਦਰ, ਇੱਥੇ ਵਾਸ਼ ਹੁੰਦੀਆਂ ਨੇ ਭਾਅ ਜੀ ਗੱਡੀਆਂ? ਓਕੇ, ਵਾਸ਼ ਆਪਣਾ ਇੱਥੇ ਹੁੰਦਾ। ਓਕੇ, ਵਾਸ਼ ਤੋਂ ਬਾਅਦ ਗੱਡੀ ਪੂਰੀ ਕੰਪਾਊਂਡ ਹੋ ਕੇ ਚੰਗੇ ਤਰੀਕੇ ਨਾਲ ਸਕ੍ਰੈਚ ਮੂਵ ਹੋਣਗੇ, ਜਿਹੜੇ ਬਿਫੋਰ ਨੇ, ਤੇ ਪਲੱਸ ਸਰਫੇਸ ਨੂੰ ਇਦਾਂ ਸਰਫੇਸ ਹਾਈਡਰੋਫੋਬਿਕ ਕੀਤਾ ਜਾਊਗਾ, ਜਿਹੜੀ ਸ਼ੀਟ ਚੜਾਉਣ ਵੇਲੇ ਸਾਨੂੰ ਇੱਕ ਡਸਟ ਦਾ ਪਾਰਟ ਵੀ ਨਾ ਮਿਲੇ। ਓਕੇ, ਆਫਟਰ ਦੈਟ ਫਿਰ ਆਪਣੀ ਗੱਡੀ ਦੀ ਫਿਟਿੰਗ ਖੁੱਲੂਗੀ, ਦੈਨ ਅਗੇਨ ਵਾਸ਼ ਹੋਊਗੀ, ਫਿਰ ਉਸ ਤੋਂ ਬਾਅਦ PPF ਤੇ ਚੱਲੂਗੀ। ਠੀਕ ਹੈ, ਇੱਧਰ ਹੋ ਰਹੀ ਹੈ ਮਤਲਬ ਕੰਪਾਊਂਡਿੰਗ, ਰਬਿੰਗ ਤਾਂ ਨਹੀਂ ਹੋਣੀ ਭਾਅ ਜੀ ਆਪਣੀ ਗੱਡੀ ਦੀ? ਰਬਿੰਗ ਆਪਾਂ ਬਿਲਕੁਲ ਪੁਰਾਣੀ ਗੱਡੀਆਂ ਨੂੰ ਕਰਦੇ ਨੇ, ਨਵੀਂ ਗੱਡੀਆਂ ਤੇ ਨਹੀਂ ਕਰਦੇ। ਆ ਸੇਮ ਕ੍ਰੇਟਾ ਤੇ ਆਪਾਂ PPF ਕਰਨ ਲਈ ਸਟਾਰਟ ਕੀਤਾ ਹੋਇਆ, ਤੇ ਇਹਦੀ ਫਿਟਿੰਗ ਖੁੱਲ ਚੁੱਕੇ ਨੇ, ਜਿਹੜੀ ਜਿਹੜੀ ਫਿਟਿੰਗ ਵੀ ਖੁੱਲੀ ਹੈ, ਸੇਮ ਚੀਜ਼ ਆਪਣੀ ਗੱਡੀ ਦੀ ਖੁੱਲੂਗੀ। ਠੀਕ ਹੈ, ਮਤਲਬ ਆਪਣੀ ਮਤਲਬ ਰਬਿੰਗ ਦੀ ਜ਼ਰੂਰਤ ਨਹੀਂ ਹੈ, ਰਬਿੰਗ ਦੀ ਲੋੜ ਨਹੀਂ ਨਵੀਂ ਗੱਡੀ ਦੇ ਖਾਸ ਕਰਕੇ।
ਸਮਝ ਗਿਆ, ਪੇਂਟ ਦੀ ਲੇਅਰ ਖਤਮ ਹੋ ਜਾਂਦੀ ਉਹਦੇ ਨਾਲ। ਅਤੇ ਇੱਧਰ ਹੋ ਗਿਆ ਭਾਅ ਜੀ ਹੁਣਾਂ ਦਾ, ਅਤੇ ਇੱਧਰ PPF ਹੋ ਰਹੀਆਂ ਨੇ। ਇਹ ਹੈਗਾ ਦੂਸਰਾ ਸਟੂਡੀਓ ਇਹਨਾਂ ਦਾ, ਪੂਰਾ ਇਹ ਡਸਟ ਫਰੀ ਰੱਖਿਆ ਹੋਇਆ। ਠੀਕ ਹੈ ਠੀਕ ਹੈ, ਚਲੋ ਠੀਕ ਹੈ ਭਾਅ ਜੀ। ਭਾਅ ਜੀ ਇੱਕ ਚੀਜ਼ ਦਿਖਾਣੀ ਤੁਹਾਨੂੰ, ਅੱਛਾ ਇਹਦੀ PPF ਹੋ ਗਈ ਕਿ ਵਾਸ਼ਿੰਗ ਕਿਸੇ ਹੋਰ? ਇਹ ਨੋਰਮਲ ਸੈਰਮਿਕ। ਅੱਛਾ ਤਾਂ ਵੀ ਦੇਖੋ ਕਿੰਨੀ ਸ਼ਾਈਨ ਆ ਰਹੀ ਹੈ ਇਹਦੇ 'ਚ। ਹੁਣ ਤੁਸੀਂ ਦੇਖ ਰਹੇ ਹੋ ਗੱਡੀ, ਤੁਹਾਨੂੰ 2 ਦਿਨ ਬਾਅਦ ਦੇਖਿਓ। ਮੈਂ ਤੁਹਾਨੂੰ ਪਤਾ ਮੈਂ ਗਿਆ ਹੋਇਆ ਸੀ, ਅਤੇ ਮੈਨੂੰ ਚਾਹ ਜਾਣੀ ਉਹ ਕਹਿੰਦੇ ਨੇ ਅੰਦਰੋਂ ਆ ਨਹੀਂ ਰਿਹਾ ਸੀ, ਛੇਤੀ ਛੇਤੀ ਮੈਂ ਜਾ ਕੇ PPF ਕਰਾਵਾਂ। ਤੁਸੀਂ ਹੁਣ 2 ਦਿਨ ਬਾਅਦ ਦੇਖਿਓ ਗੱਡੀ ਚਮਕਦੀ ਨੂੰ। ਹੁਣ ਤਾਂ ਇਹ ਹੈ, ਚਲੋ 2 ਦਿਨ ਬਾਅਦ ਪੂਰੀ ਡਿਟੇਲਿੰਗ ਡੇ ਵੀ ਲਾਣਿਆਂ ਦੇ ਚੰਡੀਗੜ੍ਹ ਤੋਂ। ਤੁਹਾਡੀ ਹੋਰ ਵੀ ਕਾਫੀ ਬ੍ਰਾਂਚਾਂ ਹੈਗੀਆਂ ਨੇ ਭਾਅ ਜੀ? ਪੈਨ ਇੰਡੀਆ 114 ਆਊਟਲੈਟਸ ਨੇ। ਅੱਛਾ 114 ਨੇ ਤੁਹਾਡੇ? ਹੈੱਡ ਆਫਿਸ ਸਾਡਾ ਨੋਇਡਾ ਆ। ਠੀਕ, ਇਨ ਕੇਸ ਕੋਈ ਵੀ ਮੈਂ ਪੈਨ ਇੰਡੀਆ ਦੀ ਗਰੰਟੀ ਕਲੇਮ ਕਰ ਸਕਦਾ? ਬਿਲਕੁਲ ਭਾਅ ਜੀ, ਆਨਲਾਈਨ ਵੈਬਸਾਈਟ ਚੱਲਦੀ ਹੈ ਡਿਜੀਟਲ 'ਤੇ ਸਾਡਾ। ਇਹ ਪੈਨ ਇੰਡੀਆ ਡਰੈਗਨ PPF ਜਿਹੜਾ ਚੱਲਦਾ, ਸੇਮ ਵਾਰੰਟੀ, ਸੇਮ ਆਪਣੀ ਸਰਵਿਸਿਜ਼ ਦਿੰਦਾ ਜੀ ਸਾਰੇ ਪਾਸੇ। ਸੇਮ ਪੂਰੀ ਸੇਮ ਗਰੰਟੀ ਪੂਰੇ ਇੰਡੀਆ 'ਚ ਰਹੇਗੀ? ਜਿਹੜੀ ਚੀਜ਼ ਦੀ ਵਾਰੰਟੀ ਮੈਂ ਲਿਆਂਗਾ, ਲਾਇਬਿਲਟੀ ਉਹੀ ਸੇਮ ਚੀਜ਼, ਉਹੀ ਕੰਪਨੀ ਵੱਲੋਂ ਆਈ। ਗਰੰਟੀ ਕਿਸ ਚੀਜ਼ ਦੀ ਹੁੰਦੀ ਹੈ ਮੇਨਲੀ? ਗਰੰਟੀ ਬੇਸਿਕਲੀ ਭਾਅ ਜੀ ਸ਼ੀਟ 'ਚ ਬਬਲ ਆਉਣਾ, ਸ਼ੀਟ 'ਚ ਨੈਚੁਰਲ ਡੈਮੇਜ ਹੋਣਾ, ਸ਼ੀਟ ਦਾ ਆਪੇ ਉਖੜਨਾ, ਜਾਂ ਸ਼ੀਟ 'ਚ ਸ਼ਾਈਨ ਦਾ ਇਸ਼ੂ ਆਉਣਾ, ਜਾਂ ਫਿਰ ਸ਼ੀਟ ਦੇ ਵਿੱਚ ਸੈਲਫੀਲ ਨਾ ਹੋਣਾ, ਤੇ ਪਲੱਸ ਸਭ ਤੋਂ ਵੱਡੀ ਗੱਲ ਸ਼ੀਟ ਤਾਰਨ ਵੇਲੇ ਪੇਂਟ ਨੂੰ ਡੈਮੇਜ ਨਾ ਹੋਣਾ। ਇਹ ਚੀਜ਼ਾਂ ਵਾਰੰਟੀਆਂ ਗਰੰਟੀ 'ਚ ਹੁੰਦੀਆਂ, ਬਟ ਇਨ ਐਨੀ ਅਦਰ ਕੇਸ ਕੋਈ ਚੀਜ਼ ਸਾਹਮਣੇ ਐਕਸੀਡੈਂਟਲੀ ਹਿੱਟ ਹੋਈ ਹੈ, ਹਾਂ ਉਹ ਤਾਂ ਚਲੋ ਉਹ ਤਾਂ। ਤੇ ਆਪਣੀ ਇਹ ਕਿੰਨੇ ਸਾਲ ਦੀ ਗਰੰਟੀ ਵਾਰੰਟੀ ਹੋਈ? 7 ਸਾਲ ਦੀ ਵਾਰੰਟੀ ਹੋਊਗੀ। 7 ਸਾਲ ਦੀ ਪੂਰੀ? ਵੈਰੀ ਨਾਈਸ ਭਾਅ ਜੀ, ਆਹ ਵਧੀਆ ਚੀਜ਼ ਦੱਸੀ ਤੁਸੀਂ। ਅਤੇ ਇਹਦੇ ਵਿੱਚ ਇੱਕ ਤੁਸੀਂ ਮੇਨਟੇਨੈਂਸ ਵਾਲਾ ਪਾਰਟ ਵੀ ਦੱਸਿਆ ਸੀ। ਬਿਲਕੁਲ ਭਾਅ ਜੀ, ਹਰ 6 ਮਹੀਨੇ ਬਾਅਦ ਇੱਕ ਮੇਨਟੇਨੈਂਸ ਹੁੰਦੀ ਹੈ, ਜਿਸ ਮੇਨਟੇਨੈਂਸ ਦੇ ਵਿੱਚ ਵੈਲ ਐਕਚੁਅਲੀ PPF ਨੂੰ ਲੋਡ ਪੈਂਦੀ ਨਹੀਂ, ਠੀਕ, ਬਟ ਵਿਲ ਡੂ ਕਿ ਆਪਣੇ ਵੱਲੋਂ ਇੱਕ ਕੰਪਲੀਮੈਂਟਰੀ ਡਿਟੇਲਡ ਐਂਡ ਵਾਸ਼ ਸਿਸਟਮ ਕਰਕੇ ਦਿੰਦੇ ਆ, ਜਿਹਦੇ 'ਚ ਆਪਣੀ ਗੱਡੀ ਐਜ ਲਾਈਕ ਮਾੜੀ ਮੋਟੀ ਕੋਈ ਕਮੀ ਪੇਸ਼ੀ ਲੱਗਦੀ ਹੋਈ ਉਹ ਆਪਾਂ ਆਪਣੇ ਵੱਲੋਂ ਮੈਨੇਜ ਕਰਾਂਗੇ। ਠੀਕ ਹੈ ਫਿਰ ਤਾਂ ਬਹੁਤ ਵਧੀਆ। ਬਾਕੀ ਪ੍ਰਾਈਜ਼ ਕਿੰਨਾ ਪਿਆ ਉਹ ਤਾਂ ਚਲੋ ਮੈਂ ਤੁਹਾਨੂੰ ਬਾਅਦ 'ਚ ਦੱਸਾਂਗਾ ਜਦੋਂ ਆਪਾਂ ਗੱਡੀ ਲੈਣ ਆਵਾਂਗੇ। ਅਤੇ ਹੁਣ ਆਪਾਂ ਬਾਈ ਹੁਣਾਂ ਨੂੰ ਕਰਦੇ ਹਾਂ ਅਲਵਿਦਾ। ਅਤੇ ਠੀਕ ਹੈ ਭਾਅ ਜੀ, ਥੈਂਕ ਯੂ ਸੋ ਮੱਚ, ਆਪਾਂ ਚੱਲੀਏ ਫਿਰ। ਅਤੇ ਤੁਹਾਨੂੰ ਗੱਡੀ ਦੇ ਦਿੱਤੀ, ਤੁਸੀਂ ਮੈਨੂੰ 2-3 ਦਿਨ ਬਾਅਦ ਦੇ ਦਿਓ। ਠੀਕ ਹੈ, ਅਸੀਂ ਆ ਗਏ ਸੀ ਪਿੰਡੋਂ, ਅਤੇ ਮੇਰਾ ਤਾਂ ਆ ਕੇ ਜੀ ਨਹੀਂ ਲੱਗਿਆ, ਕਿਉਂਕਿ ਜਦੋਂ ਪਿੰਡ ਜਾਈਦਾ ਥੋੜ੍ਹੇ 2 ਕੁ ਦਿਨ ਤਾਂ ਹੁੰਦਾ ਹੀ ਆ। ਅਤੇ ਸ਼ਿਪੀ ਨੂੰ ਤਾਂ ਚਾਹ ਹੀ ਬੜਾ ਚੜਿਆ ਸੀ ਵੀ ਮੈਂ ਗੱਡੀ ਆਪਣੀ ਲੈਮੀਨੇਸ਼ਨ ਕਰਵਾਉਣ ਵਾਸਤੇ। ਹੈਲੋ, ਲੈਮੀਨੇਸ਼ਨ ਨਹੀਂ ਹੁੰਦੀ, ਉਹ PPF ਹੁੰਦੀ ਹੈ। PPF ਹੁੰਦੀ ਤਾਂ ਇੱਕ ਸ਼ੀਟ ਹੀ ਆ, ਲੈਮੀਨੇਟ ਹੀ ਕਰਦੇ ਉਹਨੂੰ। ਅੱਛਾ, ਜੋ ਵੀ ਇਹਨੂੰ ਕਹਿਣ ਦੇ ਤਰੀਕੇ ਨਾਲ ਬੋਲੇ ਨਾ PPF। ਚੰਗਾ ਬਾਬਾ, PPF ਹੀ ਸਹੀ ਕਿੱਡਾ। ਇਹਨਾਂ ਨੂੰ ਇੰਨਾ ਸ਼ੌਕ ਚਾਹ ਚੜਿਆ ਮੈਂ ਆਪਣੀ ਗੱਡੀ ਨੂੰ PPF ਕਰਾਉਣਾ ਹੈ, ਅਤੇ ਆਪਣੀ ਗੱਡੀ ਗੁੱਡੀ ਦੇ ਆਏ PPF ਕਰਨ ਵਾਸਤੇ। ਅਤੇ ਬਸ ਆਪਾਂ ਹੁਣ ਅੱਜ ਰੋਟੀ ਪਾਣੀ ਖਾ ਖੂ ਕੇ ਵਿਹਲੇ ਵੁਹਲੇ ਹੋ ਕੇ ਹੁਣ ਵਲੋਗ ਸ਼ੂਟ ਕਰਨ ਲੱਗੇ ਹਾਂ। ਉਹ ਹੀ ਆਪਣੀ ਜਦੋਂ ਆਉਂਦੇ ਹਾਂ, ਇੱਕ ਦਿਨ ਤਾਂ ਆਪਣਾ ਟਾਈਮ ਇਹਦੇ 'ਚ ਹੀ ਲੰਘ ਜਾਂਦਾ। ਜਿਹੜੇ ਕੱਪੜੇ ਪੈਕ ਕਰਕੇ ਲੈ ਕੇ ਗਏ ਹੁੰਦੇ ਉਹਨਾਂ ਨੂੰ ਅਨਪੈਕ ਕਰਨਾ, ਇਬਾਦਤ ਦਾ ਸਾਰਾ ਸਮਾਨ ਅਨਪੈਕ ਕਰਨਾ, ਅਤੇ ਅੱਜ ਉਸ ਤੋਂ ਅਗਲਾ ਦਿਨ ਆ। ਅਤੇ ਹੁਣ ਅਸੀਂ ਦੁਪਹਿਰ ਦੇ ਟਾਈਮ ਵਲੋਗ ਸ਼ੂਟ ਕਰਨ ਲੱਗੇ ਹਾਂ, ਅਤੇ ਰੋਟੀ ਪਾਣੀ ਖਾ ਖੂ ਕੇ ਵਿਹਲੇ ਹੋ ਗਏ ਆ। ਅਤੇ ਅਜੇ ਮੇਰਾ ਥੋੜ੍ਹਾ ਜਿਹਾ ਦਿਲ ਜਿਹਾ ਨਹੀਂ ਲੱਗ ਰਿਹਾ ਹੈਗਾ, ਬਟ ਕੋਈ ਨਹੀਂ, ਹੋ ਹੀ ਜਾਣਾ, ਕੱਲ੍ਹ ਪਰਸੋਂ ਤੱਕ ਹੋ ਜਾਣਾ, ਕੱਲ੍ਹ ਗੱਡੀ ਆਈ ਨਹੀਂ ਫਿਰ ਹੋ ਜੂਗਾ। ਸਹੀ ਗੱਲ, ਮੈਂ ਕੱਲ੍ਹ ਦੇ ਕੇ ਆਇਆ ਗੱਡੀ, ਅਤੇ ਆ ਕੇ ਫਿਰ ਜਿਹੜੇ ਮੇਰੇ ਪੈਂਡਿੰਗ ਕੰਮ ਸੀ ਪਹਿਲਾਂ ਮੈਂ ਉਹ ਕੀਤੇ, ਕੱਲ੍ਹ ਦੇ ਆਇਆ। ਜਿਵੇਂ ਕਹਿੰਦਾ ਨਾ ਨਵੀਂ ਨਵੀਂ ਗੱਡੀ ਦੇ ਕੇ ਆਇਆ, ਪਹਿਲਾਂ ਤਾਂ ਵੈਸੇ ਐਵੇਂ ਸੀ ਵੀ ਏਜੰਸੀ ਤੋਂ ਨਿਕਲਦੀ ਅਗਲੇ ਦਿਨ ਦੇ ਆਵਾਂਗੇ, ਫਿਰ ਮੈਂ ਕਿਹਾ ਨਹੀਂ, ਉਹ ਚਾਅ ਜਿਹਾ ਹੁੰਦਾ ਨਾ ਨਵੀਂ ਗੱਡੀ ਵਾਲਾ, ਉਹ ਵਾਲਾ ਖਤਮ ਹੋਣ ਹੋ ਜਾਂਦਾ ਨਹੀਂ ਤਾਂ। ਅਤੇ ਫਿਰ ਅਸੀਂ ਗੱਡੀ ਦੇ ਦਿੱਤੀ ਬਾਈ ਹੁਣਾਂ ਨੂੰ ਲੈਮੀਨੇਸ਼ ਉਹ ਕਰਨ ਵਾਸਤੇ, ਲੈਮੀਨੇਸ਼ ਮੈਂ ਵੀ ਕਿਹਾ ਜਾਂਦਾ। ਅਗਲੇ ਦਿਨ ਹੀ ਆ ਕੇ ਦੇ ਆਇਆ ਸੀ ਡਿਟੇਲਿੰਗ ਟੇਬਲਸ ਵਾਲਿਆਂ ਨੂੰ, ਨਾਮ ਬਹੁਤ ਵਧੀਆ ਉਹਨਾਂ ਦਾ, ਬਹੁਤ ਪੂਰੇ ਇੰਡੀਆ 'ਚ ਬ੍ਰਾਂਚਾਂ ਨੇ, ਮਤਲਬ ਵਧੀਆ ਕਰਦੇ ਨੇ PPF ਬਾਈ ਹੁਣੇ। ਮੈਂ ਵੀਡੀਓਜ਼ ਵੀ ਦੇਖੀ ਇਹਨਾਂ ਦੀਆਂ, ਇਹ ਵੋ ਹੈ ਨਾ, ਹੋਰ ਬਹੁਤ ਨੇ ਡਿਟੇਲਿੰਗ ਵਾਲੇ, ਬਟ ਇਹਨਾਂ ਦਾ ਇਹ ਹੁੰਦਾ ਕਿ ਜਿਵੇਂ ਆਪਾਂ ਗੱਡੀ ਆਲ ਓਵਰ ਇੰਡੀਆ ਗਰੰਟੀ ਇਹਨਾਂ ਦੀ ਹੁੰਦੀ ਹੈ, ਕਿਉਂਕਿ ਕਈ ਸਟੋਰ ਤਾਂ ਇੱਕ ਅੱਧੀ ਥਾਂ 'ਤੇ ਹੀ ਹੁੰਦਾ ਵੀ ਇੱਕ ਅੱਧੀ ਥਾਂ ਤੋਂ ਤੁਸੀਂ ਕਰਾ ਲਈ ਹੈ ਨਾ, ਬਸ ਉਹੀ।
ਇਹਨਾਂ ਦੀ ਹੁਣ ਗਰੰਟੀ ਔਨਲਾਈਨ ਚੜ੍ਹ ਜਾਣੀ ਹੈ। ਇੱਕ ਬੈਸਟ ਪਾਰਟ ਹੈ, ਮੈਂ ਪੰਜਾਬ 'ਚ ਜਿੱਥੇ ਵੀ ਡਿਟੇਲਿੰਗ ਡੈਵਿਲਸ ਵਾਲੇ ਹੋਣਗੇ, ਪੂਰੇ ਇੰਡੀਆ 'ਚ ਜਿੱਥੇ ਵੀ ਹੋਣਗੇ, ਮੈਂ ਉਹਨਾਂ ਤੋਂ ਵੀ ਗਰੰਟੀ ਕਲੇਮ ਲੈ ਸਕਦਾ। ਇਹ ਬੈਸਟ ਪਾਰਟ ਲੱਗਿਆ ਮੈਨੂੰ, ਔਰ ਬਾਕੀ ਸਰਵਿਸ ਤਾਂ ਬਹੁਤ ਵਧੀਆ ਦਿੰਦੇ ਨੇ। ਬਾਕੀ ਹੁਣ ਜਦੋਂ ਕੱਲ੍ਹ ਜਾਵਾਂਗਾ ਲੈਣ ਵਾਸਤੇ ਐਗਜੈਕਟ ਤਾਂ ਉਦੋਂ ਹੀ ਦੱਸ ਪਾਵਾਂਗੇ ਤੁਹਾਨੂੰ। ਲਾਈਵ ਡੈਮੋ ਮੈਂ ਵੀ ਦੇਖਾਂਗਾ ਵੀ ਕਿੰਨੀ ਸ਼ਾਈਨ ਆ ਗਈ, ਹੈ ਨਾ, ਚਾਹ ਹੀ ਬੜਾ ਚੜਿਆ ਹੋਇਆ। ਇੱਥੇ ਬਹਿ ਕੇ ਮੈਂ ਦੋਸਤੋ ਤੁਹਾਨੂੰ ਗੱਡੀ ਬਾਰੇ ਥੋੜ੍ਹੀ ਡਿਟੇਲ ਦੇ ਦਿੰਦਾ। ਮੈਂ ਜਿਹੜੀ ਅਸੀਂ ਗੱਡੀ ਲਿੱਤੀ ਹੈ ਉਹ ਲਿੱਤੀ ਹੈ ਸਕੋਰਪੀਓ ਐਨ ਡੀਜ਼ਲ ਆਟੋਮੈਟਿਕ ਵੇਰੀਐਂਟ ਹੈਗਾ, ਅਤੇ ਇਹ ਜ਼ੈੱਡ 8 ਸਲੈਕਟ ਮਾਡਲ ਹੈ। ਪਹਿਲਾਂ ਅਸੀਂ ਲੈਣ ਲੱਗੇ ਸੀ ਜ਼ੈੱਡ 6, ਕਿਉਂਕਿ ਪਰ ਜ਼ੈੱਡ 6 ਦੇ ਵਿੱਚ ਨਾ ਅਲੋਏ ਨਹੀਂ ਆਉਂਦੇ ਸੀ ਅਤੇ ਹੋਰ ਬੜੀਆਂ ਚੀਜ਼ਾਂ ਜੋ ਮਿਸਿੰਗ ਸੀ। ਪਰ ਮੈਂ ਕਿਹਾ ਇਸ ਤੋਂ ਇੱਕ ਨਾ ਇੱਕ ਉੱਪਰਲਾ ਵੇਰੀਐਂਟ ਨਵਾਂ ਹੀ ਆਇਆ। ਇਹ 2024 ਦੀ ਮਾਰਚ 'ਚ ਲਾਂਚ ਕੀਤਾ ਇਹਨਾਂ ਨੇ, ਅਤੇ ਇਹਦੇ ਵਿੱਚ ਇਹ ਟੋਪ ਮਾਡਲ ਵਾਲੇ ਫੀਚਰ ਪਾ ਤੇ ਸਾਰੇ, ਨਾ ਮਤਲਬ ਜ਼ੈੱਡ 8 ਬਣਾ ਦਿੱਤਾ। ਅਤੇ ਜਿਹੜਾ ਇਸ ਤੋਂ ਉੱਪਰਲਾ ਮਾਡਲ ਹੈ ਜ਼ੈੱਡ 8, ਉਹਦੇ ਵਿੱਚ ਚਾਰ ਚੀਜ਼ਾਂ ਦਾ ਫਰਕ ਹੈ ਜਿਹੜੀ ਉਹ ਇੱਕ ਤਾਂ ਹੁੰਦੀਆਂ ਨੇ ਲਾਈਟਾਂ ਆਟੋਮੈਟਿਕ ਜਗ ਪੈਂਦੀਆਂ ਨੇ, ਰਾਤ ਨੂੰ ਵਾਈਪਰ ਆਟੋਮੈਟਿਕ ਜਗ ਚੱਲ ਪੈਂਦੇ ਨੇ, ਰੇਨ ਸੈਂਸਰ ਲੱਗੇ ਹੁੰਦੇ ਨੇ, ਅਤੇ ਇੱਕ ਕਲਾਈਮੇਟ ਕੰਟਰੋਲ ਹੁੰਦਾ ਵੀ ਡਿਗਰੀ ਤੁਸੀਂ ਸੈੱਟ ਕਰ ਲਓ। ਉਹ ਇੱਕ ਦੋ ਚੀਜ਼, ਇੱਕ ਪੁਸ਼ ਬਟਨ ਸੀ। ਪਰ ਮੈਂ ਕਿਹਾ ਇਹ ਚਾਰ ਚੀਜ਼ਾਂ ਕਰਕੇ ਉਹ ਗੱਡੀ ਮਹਿੰਗੀ ਸੀ 1,80,000 ਰੁਪਇਆ, ਅਤੇ ਇਹ ਆਪਾਂ ਨੂੰ ਖਾਸੀ ਸਸਤੀ ਪੈ ਗਈ ਉਸ ਤੋਂ, 1,80,000 ਸਸਤੀ ਪੈ ਗਈ। ਅਤੇ ਹੁਣ ਡਿਟੇਲ ਦਿੰਦਾ, ਮੈਂ ਇਹ ਗੱਡੀ ਲਿੱਤੀ ਹੈ 19,65,000 ਰੁਪਏ ਦੀ ਜਿਹੜੀ ਮੈਨੂੰ ਪਈ ਹੈ, ਇਹ ਐਕਸ ਸ਼ੋਰੂਮ ਪ੍ਰਾਈਜ਼ ਸੀ। ਫਿਰ ਇਹਦੇ ਵਿੱਚ TCS ਵੀ ਕੱਟਿਆ ਜਾਂਦਾ, ਟੈਕਸ ਹੁੰਦਾ ਵੀ 10,00,000 ਤੋਂ ਉੱਪਰਲੀ ਗੱਡੀ ਹੋਵੇ ਤਾਂ ਟੈਕਸ ਵੀ ਕੱਟਿਆ ਜਾਂਦਾ ਹੈ। ਅਤੇ ਇਹਦੇ ਵਿੱਚ ਫਿਰ RC ਬਣੀ, ਉਹਦੇ ਚਾਰਜਿਸ ਅਲੱਗ, ਫਿਰ ਅਸੀਂ ਨੰਬਰ ਆਪਣੀ ਥੋੜ੍ਹਾ ਚੋਇਸ ਦਾ ਲਿੱਤਾ, ਉਹਦੇ 'ਚ ਪੈਸੇ ਅਲੱਗ, ਅਸੈਸਰੀਜ਼ ਪਈਆਂ ਉਹਦੇ ਪੈਸੇ ਅਲੱਗ, ਮਤਲਬ ਹੁਣ ਐਗਜੈਕਟ ਕੈਲਕੂਲੇਟ ਕਰਨਾ ਪਏਗਾ ਮੇਰੇ ਕੋਲ 22-23 lakh ਤੱਕ ਪਹੁੰਚ ਗਈ ਹੈ ਗੱਡੀ, ਹੈ ਨਾ। ਅਤੇ ਉਸ ਤੋਂ ਬਾਅਦ ਹੁਣ ਇਹਦੀ PPF ਹੋ ਰਹੀ ਹੈ, ਉਹਦੇ ਚਾਰਜਿਸ ਵੀ ਹੁੰਦੇ ਨੇ 90,000, ਪਤਾ ਨਹੀਂ 95,000 ਰੁਪਇਆ ਉਹਦੇ ਚਾਰਜਿਸ ਨੇ। ਬਾਕੀ ਦੇਖੋ ਬਾਈ ਹੁਣ ਕਹਿੰਦੇ ਜੋ ਹੋ ਸਕੇ ਆਪਾਂ ਬੈਸਟ ਪ੍ਰਾਈਜ਼ ਕਰ ਦਾਂਗੇ, ਜਾਂ ਬੈਸਟ ਦੇ ਦਾਂਗੇ, ਜਾਂ ਕੋਈ ਤੁਹਾਨੂੰ ਐਕਸਟਰਾ ਸਰਵਿਸ ਦੇ ਦਾਂਗੇ, ਹੈ ਨਾ, ਇੱਕ ਉਹ ਵੀ ਹੁੰਦਾ, ਹੈ ਨਾ, ਉਹ ਵੀ ਮਤਲਬ ਤੋਂ ਹੀ ਮਤਲਬ ਰਾਊਂਡ ਫਿਗਰ ਜੀ ਪਏਗੀ। ਔਰ ਇੰਨੀ ਕੁ ਸਾਨੂੰ ਖੁਸ਼ੀ ਹੋਈ, ਇਹ ਲੈਣੀ ਆਹੀ ਸੀ ਅਸੀਂ, ਕਿਉਂਕਿ ਪਹਿਲਾਂ ਜਦੋਂ ਮਨ ਬਣ ਗਿਆ ਸੀ XUV ਨਹੀਂ ਲੈਣੀ ਤਾਂ ਮਤਲਬ ਨਹੀਂ ਲੈਣੀ, ਇਹੀ ਇਸੀ ਗੱਡੀ ਦਾ ਮਨ ਬਣ ਗਿਆ ਸੀ, ਬਲੈਕ ਕਲਰ ਦਾ, ਅਤੇ ਆਟੋਮੈਟਿਕ ਚਲਾਈ ਅਸੀਂ ਚਲਾ ਆਏ ਹਾਂ, 600-700 km ਚਲਾ ਲਈ ਹੈ, ਔਰ ਬਹੁਤ ਜ਼ਿਆਦਾ ਕੰਫਰਟੇਬਲ ਹੈ। ਮਤਲਬ ਮੈਂ ਇੰਨਾ ਕੁ ਜ਼ਿਆਦਾ ਮਤਲਬ ਮੈਨੂੰ ਫਾਇਦਾ ਹੋ ਗਿਆ, ਕਿਉਂਕਿ ਗੇਅਰਾਂ ਵਾਲੀ ਤੋਂ ਆਟੋਮੈਟਿਕ ਤੋਂ ਜਦੋਂ ਸ਼ਿਫਟ ਹੁੰਦਾ ਬੰਦਾ, ਉਹਨੂੰ ਆਰਾਮ ਬੜਾ ਮਿਲਦਾ, ਇੱਦਾਂ ਲੱਗਦਾ ਵੀ ਆਪਾਂ ਦਿਹਾੜੀ ਕਰ ਰਹੇ ਸੀ ਦੂਸਰੀਆਂ ਗੱਡੀਆਂ 'ਤੇ, ਇਸ 'ਤੇ ਆ ਕੇ ਇੱਕੋ ਦਮ ਆਪਾਂ ਨੂੰ ਬਹੁਤ ਕੰਫਰਟੇਬਲ ਮਿਲ ਗਿਆ ਦਿਹਾੜੀ। ਮਤਲਬ ਗੱਲ ਉਹ ਹੋਗੀ ਕਿ ਜ਼ਿਆਦਾ ਐਫਰਟ ਕਰਨੇ ਪੈਂਦੇ, ਗੇਅਰ ਮਾਰੋ, ਬ੍ਰੇਕ ਲਗਾਓ, ਜੇ ਕਲੱਚ ਨੱਪੋ, ਹੈ ਨਾ, ਇਹ ਐਫਰਟਲੈਸ ਚੱਲਦੀ ਹੈ ਗੱਡੀ। ਬਾਕੀ ਕੱਲ੍ਹ PPF ਹੋ ਜਾਣੀ ਹੈ, ਤੁਹਾਨੂੰ ਡਿਟੇਲਿੰਗ ਇਹ 'ਚ ਸਮਝਾਊਂਗਾ, ਇਹਦੇ ਵਿੱਚ ਫੀਚਰ ਕੀ ਨੇ, ਕੀ ਹੈ, ਸਨਰੂਫ ਵੀ ਹੈਗੀ ਇਹਦੇ 'ਚ, ਅਤੇ ਵਧੀਆ। ਪਹਿਲਾਂ ਮੈਂ ਸੋਚਿਆ ਸੀ ਟਾਇਰ ਚੇਂਜ ਕਰਾ ਲੈਂਦਾ ਇਹਦੇ, ਹੈ ਨਾ, ਵੱਡੇ ਚੋਲੇ ਪਵਾ ਲੈਂਦਾ, ਪਰ ਮੈਨੂੰ ਏਜੰਸੀ ਵਾਲਿਆਂ ਨੇ ਰੋਕਦਾ, ਕਹਿੰਦੇ ਨਾ ਕਰਾ, ਕਿਉਂਕਿ ਇਹਦੇ ਪੂਰੀ ਤਾਂ ਕੈਲੀਬਰੇਟ ਕੀਤੇ ਹੁੰਦੇ ਨੇ ਟਾਇਰ, ਅਲੋਏ ਇੱਕ ਦੂਜੇ ਨਾਲ ਮੈਚ ਕਰਕੇ ਗੱਡੀ ਦੀ ਪ੍ਰੋਫਾਈਲ ਦੇ ਅਕੋਰਡਿੰਗ ਹੁੰਦਾ, ਨਾ ਕਰਾ ਨਾ ਕਰਾ। ਮੈਨੂੰ ਐਂ ਸੀ ਮੈਂ ਪਵਾ ਲੈਣਾ 20 inch ਹੀ ਪਵਾ ਲਈਏ, ਜਾਂ ਚਲੋ 20 ਨਹੀਂ ਤਾਂ ਘੱਟੋ ਘੱਟ 18 inch ਤਾਂ ਪਵਾਵਾਂ ਮੈਂ, ਪਰ ਘੇਰਨ ਨੇ ਵੀ ਰੋਲਾ ਪਾਤਾ ਵੀ ਨਹੀਂ ਪਾਉਣੇ। ਮੈਂ ਵੀ ਕਿਹਾ, ਮੈਂ ਕਿਹਾ ਨਹੀਂ ਪਾਉਣੇ ਟਾਇਰ, ਕਿਉਂਕਿ ਜਦੋਂ ਜਿਹੜੇ ਆਲਰੇਡੀ ਸਾਨੂੰ ਇੱਕ ਵਾਰੀ ਏਜੰਸੀ ਤੋਂ ਜਿਹੜੀ ਚੀਜ਼ ਮਿਲੀ ਹੋਈ ਹੈ, ਪਹਿਲਾਂ ਉਹਦਾ ਲੁਤਫ ਲਓ, ਜਦੋਂ ਲੱਗੇ ਵੀ ਹਾਂ ਇਹ ਟਾਇਰ ਘਸ ਗਿਆ ਤਾਂ ਬੰਦਾ ਫਿਰ ਚੇਂਜ ਕਰਵਾਏ, ਕਿਉਂ ਆਪਾਂ ਪਹਿਲਾਂ ਪੈਸੇ ਵੇਸਟ ਕਰਨੇ ਆ, ਸਮਝ ਰਹੇ ਹੋ ਨਾ। ਜਿਹੜੀ ਚੀਜ਼ ਅਸੀਂ ਆਲਰੇਡੀ ਏਜੰਸੀ ਤੋਂ ਲੈ ਰਹੇ ਹਾਂ, ਨਵੀਂ ਚੀਜ਼ ਆ ਨਾਲੇ, ਹੈ ਨਾ, ਉਹਨੂੰ ਚਲਾਓ ਜਿੰਨਾ ਚਿਰ ਚੱਲਦੀ ਆ, ਜਿੰਨਾ ਚਿਰ ਤੱਕ ਟਾਇਰ ਘਸ ਦੇਣੀ ਆ, ਆਪਾਂ ਕਿਉਂ ਆਵੇ ਜਿੱਦ ਹੁਣ ਮੰਨ ਲਓ ਅਸੀਂ ਦਿੰਦੇ ਹਾਂ, ਮੰਨ ਲਓ ਕਟਵਾਉਂਦੇ ਵੀ ਆ, ਉਹਨਾਂ ਨੇ ਅੱਧੇ ਰੇਟ 'ਤੇ ਕੱਟ ਲੈਣੇ ਪੈਸੇ, ਵੇਸਟ ਹੀ ਗਏ ਪੈਸੇ, ਹੈ ਨਾ। ਸੋ ਇਸ ਕਰਕੇ ਆਪਾਂ ਨੂੰ ਉਹ ਨਹੀਂ ਹੈਗਾ ਕਿ ਟਾਇਰ ਟੂਰ ਚੇਂਜ ਕਰਵਾਉਣੇ। ਹਾਂ ਬਸ ਠੀਕ ਆ, ਅਤੇ ਬਾਕੀ ਇਹ ਹੈ ਕਿ ਗੱਡੀ ਬਹੁਤ ਸੋਹਣੀ ਆ, ਵਧੀਆ ਵਾ, ਖੁਸ਼ ਹਾਂ ਅਸੀਂ, ਵਧੀਆ ਡਿਸੀਜ਼ਨ ਲਿੱਤਾ ਅਸੀਂ ਆਪਾਂ, ਮਤਲਬ ਸਾਨੂੰ ਗਿਲਟ ਫੀਲ ਨਹੀਂ ਹੋ ਰਹੀ ਹੈਗੀ ਵੀ ਨਹੀਂ ਯਾਰ ਅਸੀਂ ਮਾੜਾ ਡਿਸੀਜ਼ਨ ਲੈ ਲਿਆ, ਐਕਸਯੂਵੀ ਲੈ ਲੈਣੀ ਚਾਹੀਦੀ, ਬਟ ਨਹੀਂ,
ਬਹੁਤ ਵਧੀਆ ਗੱਡੀ ਆ, ਕੰਫਰਟੇਬਲ ਆ, ਤੇ ਸਾਡਾ ਡਿਸੀਜ਼ਨ ਜਿਹੜਾ ਉਹ ਵਧੀਆ ਰਿਹਾ ਸੀ। ਤੇ ਬਾਕੀ ਤੁਸੀਂ ਸਾਰਿਆਂ ਨੇ ਮਤਲਬ ਇੰਸਟਾਗ੍ਰਾਮ ਤੇ ਜਾਂ ਜਿਹੜਾ ਹੀ ਵਲੌਗ ਸ਼ੂਟ ਕੀਤਾ ਸੀ ਉਹ ਗੱਡੀ ਵਾਲਾ, ਤੁਸੀਂ ਸਾਰਿਆਂ ਨੇ ਬਹੁਤ ਜ਼ਿਆਦਾ ਵਧਾਈਆਂ ਦਿੱਤੀਆਂ, ਇਬਾਦਤ ਨੂੰ ਵੀ ਤੁਸੀਂ ਸਾਰਿਆਂ ਨੇ ਬਹੁਤ ਪਿਆਰ ਕੀਤਾ ਤੇ ਸਾਨੂੰ ਵੀ ਸਾਰਿਆਂ ਨੂੰ ਵਧਾਈ ਦਿੱਤੀ, ਉਹਦਾ ਅਸੀਂ ਤੁਹਾਡਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ, ਤੁਸੀਂ ਸਾਨੂੰ ਇੰਨਾ ਜ਼ਿਆਦਾ ਪਿਆਰ ਦਿੰਦੇ ਹੋ ਤੇ ਇੰਨੀਆਂ ਜ਼ਿਆਦਾ ਸਾਨੂੰ ਦੁਆਵਾਂ ਦਿੰਦੇ ਹੋ। ਸੀਰੀਅਸਲੀ ਗੱਡੀ ਵਾਸਤੇ ਜਿਹੜੀ ਤੁਸੀਂ ਦੁਆਵਾਂ ਦਿੱਤੀਆਂ, ਵਿਸ਼ਿਸ਼ ਕੀਤੀਆਂ, ਤੁਹਾਡਾ ਦਿਲ ਤੋਂ ਧੰਨਵਾਦ, ਦਿਲ ਤੋਂ ਧੰਨਵਾਦ। ਅਸੀਂ ਨਾ ਵੈਸੇ ਸੋਚਿਆ ਸੀ ਤਾਂ ਇਹੀ ਸੀ ਵੀ ਅਸੀਂ ਹੁਣੇ ਨਿਕਲ ਜਾਵਾਂਗੇ, ਪਰ ਚੱਕਰ ਕੀ ਹੈ, ਨੰਬਰ ਤਾਂ ਲੱਗ ਗਿਆ, ਆਰ ਸੀ ਨਹੀਂ ਆਈ ਹਾਲੇ, ਹੈ ਨਾ, ਅਤੇ ਆਰ ਸੀ ਮਹੀਨਾ ਲੱਗ ਜਾਂਦਾ ਆਉਣ ਨੂੰ, ਮੈਨੂੰ ਤਾਂ ਐਂ ਸੀ ਵੀ ਆਰ ਸੀ ਆ ਜੇ ਫਟਾਫਟ ਹੁਣ ਨਿਕਲ ਜਾਈਏ, ਬਟ ਉਸ ਤੋਂ ਪਹਿਲਾਂ ਆਪਾਂ ਕਿਤੇ ਨਾ ਕਿਤੇ ਤਾਂ ਘੁੰਮਿਆ ਕਰਾਂਗੇ ਹੁਣ ਜਿਸ ਤੱਕ ਆਰ ਸੀ ਨਹੀਂ ਆਉਂਦੀ। ਹੁਣ ਮੈਨੂੰ ਤਾਂ ਵੀ ਇਹ ਗੱਡੀ ਛੇਤੀ ਮਿਲ ਜੇ PPF ਹੋ ਕੇ ਫਿਰ ਆਪਾਂ ਘੁੰਮਣਾ ਸ਼ੁਰੂ ਕਰੀਏ, ਬਾਕੀ ਜਦੋਂ ਆਰ ਸੀ ਆ ਗਈ ਫਿਰ ਆਪਾਂ ਪੰਜਾਬ ਕਰੋਸ ਕਰ ਜਾਵਾਂਗੇ, ਉੱਧਰਲੀ ਸਾਈਡ ਲੰਘ ਜਾਵਾਂਗੇ ਕਿਸੇ ਪਾਸੇ ਸਾਊਥ ਸੂਥ ਵੱਲ, ਹੈ ਨਾ, ਅਤੇ ਕਾਫੀ ਘੁੰਮਣਾ, ਅਤੇ ਕਿਉਂਕਿ ਇੰਟਰਨੈਸ਼ਨਲ ਟ੍ਰਿਪ ਤੁਹਾਨੂੰ ਦੱਸੀ ਸੀ UK ਦੀ ਅਸੀਂ ਕੈਂਸਲ ਕਰਤੀ ਔਰ ਗੱਡੀ ਮਿਲ ਗਈ, ਅਤੇ ਉਹਦੇ ਨਾਲ ਇਹ ਫਾਇਦਾ ਹੋ ਗਿਆ ਚਲੋ ਆਪਾਂ ਇੱਥੇ ਘੁੰਮ ਇੱਥੇ ਘੁੰਮ ਲਾਂਗੇ, ਇੱਥੋਂ ਦੀ ਟ੍ਰਿਪਸ ਆਪਾਂ ਸ਼ੁਰੂ ਕਰ ਦਾਂਗੇ, ਐਸੀ ਥਾਵਾਂ ਜਾਵਾਂਗੇ ਜਿਹੜੀਆਂ ਸ਼ਾਇਦ ਅਨਐਕਸਪਲੋਰ ਹੋਣਗੀਆਂ, ਮਤਲਬ ਬਾਕੀ ਕੀ ਪਤਾ ਹੋਣ ਵੀ ਉਹਦੀ ਵੀਡੀਓਜ਼, ਬਟ ਆਪਾਂ ਕੋਸ਼ਿਸ਼ ਕਰਾਂਗੇ ਡਿਟੇਲ ਵਿੱਚ ਕਵਰ ਕਰਨ ਦੀਆਂ ਥਾਵਾਂ ਜਿਹੜੀਆਂ ਕਦੇ ਐਕਸਪਲੋਰ ਨਹੀਂ ਕੀਤੀਆਂ ਗਈਆਂ ਯੂਟਿਊਬ 'ਤੇ, ਖਾਸ ਕਰਕੇ ਪੰਜਾਬੀ ਵਲੋਗਸ ਵਿੱਚ। ਹਿੰਦੀ ਵਲੋਗਸ ਵਿੱਚ ਤਾਂ ਚਲੋ ਬੜੀਆਂ ਚੀਜ਼ਾਂ ਮਿਲ ਜਾਂਦੀਆਂ, ਲੇਕਿਨ ਪੰਜਾਬੀ ਵਲੋਗਸ 'ਚ ਨਹੀਂ ਮਿਲਦੀਆਂ ਕਈ ਚੀਜ਼ਾਂ, ਉਹ ਦਿਖਾਵਾਂਗੇ। ਹੁਣ ਲੈਂਦੇ ਹਾਂ ਤੁਹਾਡੇ ਤੋਂ ਇਜਾਜ਼ਤ, ਅਤੇ ਥੈਂਕ ਯੂ ਇੱਕ ਵਾਰੀ ਫਿਰ ਤੋਂ, ਮਿਲਦੇ ਹਾਂ ਤੁਹਾਨੂੰ ਕੱਲ੍ਹ ਇੱਕ ਨਵੇਂ ਵਲੋਗ ਵਿੱਚ, ਦਿਓ ਸਾਨੂੰ ਇਜਾਜ਼ਤ, ਬਾਏ ਬਾਏ, ਬਾਏ ਬਾਏ।